ਬੰਦਾ ਬੰਦੇ ਕੋਲ ਜਾਏ ਤੇ ਕੱਲਾ ਕੱਲੇ ਨੂੰ ਗੱਲ ਸੁਣਾਉਣਾ ਪਸੰਦ ਕਰਦਾ ਹੈ, ਜਦੋਂ ਤੈਨੂੰ ਲੋੜ ਹੋਵੇ ਨਾ ਤੇ ਕੱਲੇ ਦੇ ਅੱਗੇ ਕੱਲਾ ਬੈਠਿਆ ਕੱਲਾ ਬੈਠ ਕੇ ਉਹਨਾਂ ਗੱਲ ਕਰ। ਇਹ ਏਡੀ ਲਾਡਲੀ ਇਬਾਦਤ ਤੇ ਸੁਬਾਹ ਤਰਜਤ ਮੇਰੇ ਇੱਕ ਪਾਸੇ ਨੁੱਕਰ ਚ ਮਸੱਲਾ ਗਾਇਆ ਹੋਵੇ ਤੇ ਨਾਲ ਉਹਨੂੰ ਕਹਿ ਦੇਵੀ ਇਹ ਦਰ ਛੱਡ ਕੇ ਮੈਂ ਜਾਵਾਂ ਕਿੱਥੇ, ਜੇ ਤੇਰੇ ਤੋਂ ਉੱਚਾ ਵੀ ਕੋਈ ਆਇਆ ਤੇ ਮੈਨੂੰ ਦਿਖਾ ਦੇ। ਜਦੋਂ ਅੱਲਾ ਨੇ ਇੰਜ ਲਾਡ ਨਾਲ ਗੱਲ ਕਰੇਗਾ ਨਾ, ਨਬੀ ਪਾਕ ਨੇ ਫਰਮਾਇਆ ਬੰਦਾ ਇੰਜ ਅੱਲਾ ਕੋਲ ਮੰਗੇ ਜਿਵੇਂ ਬੱਚਾ ਮਾਂ ਉੱਪਰ ਫੈਂਦੀ ਕੋਈ ਜ਼ਮੀਨ ਵੱਲ ਮੁਸਕਰਾਉਂਦਾ ਆਉਂਦਾ, ਉਹਨੂੰ ਯਕੀਨ ਹੁੰਦਾ ਕਿ ਮੇਰੀ ਮਾਂ ਨੇ ਮੈਨੂੰ ਡਿੱਗਣ ਨਹੀਂ। ਬੱਚੇ ਮੁਸਕਰਾਉਂਦੇ ਥੱਲੇ ਆਉਂਦੇ ਤਾਂ ਛੁੱਕੀਏ ਨਾ, ਹੱਸਦੇ ਆਉਂਦੇ ਰੋਂਦੇ ਤਾਂ ਛੁੱਕੀਏ ਨਾ, ਜ਼ਮੀਨ ਵੱਲ ਤੇ ਹੱਸਦੇ ਹੀ ਹੋਗੇ। ਯਕੀਨ ਹੈ ਕਿ ਮੇਰੇ ਬਾਪ ਨੇ ਮੈਨੂੰ ਗਿਰਨ ਨਹੀਂ ਦੇਣਾ। ਜਦੋਂ ਤੂੰ ਦੁਆ ਮੰਗੇ ਨਾ ਮੌਲੀ ਦੁਆ ਮੰਗਦਾ ਹੁੰਦਾ ਸਾਡੇ ਬੰਦੇ ਪਰਾ ਜੁੱਤੀ ਜਲ ਧਿਆਨ ਸੱਚੀ ਗੱਲ ਦੁਆ ਉਹਦੀ ਕਬੂਲ ਹੈ ਕਿ ਜਦੋਂ ਬੰਦਾ ਦੁਆ ਵਾਸਤੇ ਹੱਥ ਚੁੱਕ ਲੈ ਇਹਨੂੰ ਯਕੀਨ ਹੋਵੇ ਮੈਂ ਹੱਥ ਜ਼ਮੀਨ ਵੱਲ ਹਜੇ ਨਹੀਂ ਕਰਨੇ, ਸਗੀ ਨੇ ਪੈਰ ਪਾ ਦੇ ਯਕੀਨ ਹੈ ਮੁਕਮ ਇਤਨਾ ਹੋਣਾ ਚਾਹੀਦਾ। ਅਗਰ ਸਾਡਾ ਯਕੀਨ ਮੌਕਮ ਬਿਲਕੁਲ ਸਾਡਾ ਯਕੀਨ ਮੌਕਮ ਜਿਹੜਾ ਨਾ ਬਿਲਕੁਲ ਸਾਡਾ ਯਕੀਨ ਇਹਦਾ ਹੀ ਹੈ ਜਿਵੇਂ ਦਾ ਹੁਣ ਜਿੰਨਾ ਵੋਟ ਪਾਏ ਉਹ ਵੀ ਆਂਦੇ ਮੈਂ ਨਹੀਂ ਪਾਇਆ, ਬਾਅਦ ਵੀ ਆਂਦੇ ਵੀ ਅਸੀਂ ਪਾਏ, ਸਾਡਾ ਇਹਦਾ ਯਕੀਨ ਹੋ ਗਿਆ। ਅੱਲਾ ਜਾਣਦਾ ਧਿਆਨ ਮੇਰੇ ਵੱਲ ਮੇਰੇ ਬੰਦਾ ਦਾ ਮੌਲੀ ਡਾਲਰ ਬੜਾ ਉੱਤੇ ਜਾ ਰਿਹਾ, ਮੈਂ ਇੱਕ ਦਿਨ ਸਭ ਨੇ ਉੱਤੇ ਜਾਣ ਸਾਨੂੰ ਕੀ ਨਾ ਨਿਕਲਿਆ ਕਰੋ ਮੇਰੇ ਪੁੱਤਰੋ, ਸਾਨੂੰ ਕੀ ਅਸੀਂ ਜਨਾਬਿਆ ਲੈ ਜੀ ਪੈਗਾਮ ਪਹੁੰਚਾਉਂਦਿਆ ਰਹਿਣਾ, ਨਾ ਤਵੀਜ਼ਾਂ ਵਾਲਿਆ ਕੋਲ ਜਾਓ, ਨਾ ਡੋਰੀਆਂ ਬੰਨੋ, ਨਾ ਕੜੇ ਪਾਓ। ਮੈਂ ਕਈਆਂ ਬੱਚਿਆਂ ਦੇ ਕੜੇ ਲਵਾ ਦਿੱਤੇ ਨੇ, ਕਈਆਂ ਦੀਆਂ ਡੋਰੀਆਂ ਲਵਾ ਦਿੱਤੀਆਂ, ਕਈ ਮੈਨੂੰ ਮਿਲਦੇ ਨੇ, ਮੈਂ ਬਾਹ ਫੜ ਕੇ ਲਵਾ ਦੇਵਾਂ, ਕੁਛ ਨਹੀਂ ਕਹਿੰਦੇ। ਖੁਸ਼ ਹੋ ਕੇ ਆਉਂਦੇ ਨੇ ਇੱਕ ਤਸਵੀਰ ਤੇ ਡੋਰੀ ਲਾ ਦਿੰਦੇ ਹਾਂ, ਮੈਂ ਕਿਹਾ ਠੀਕ ਹੈ ਪੁੱਤਰ ਤਸਵੀਰ ਲਾ ਲਾ ਪਰ ਡੋਰੀ ਲਾ ਦੇ। ਕਹਿੰਦਾ ਤੁਸੀਂ ਕਰਨੀ ਕੀ ਹੈ? ਮੈਂ ਕਿਹਾ ਚਾਰ ਦਿਨ ਮੈਂ ਬਣਨੀ ਹੈ, ਮੈਂ ਵੇਖਾਂ ਇਹਦੇ 'ਚ ਕਰਾ ਮਾਲ ਕੀ ਲਾ ਕੇ ਮੈਂ ਫੜ ਲੈਂਦਾ ਹੁਣ। ਕਈਆਂ ਦੀਆਂ ਮੈਂ ਡੋਰੀਆਂ ਲਵਾਈਆਂ ਕਰੇ ਨਾਲ ਹਦੀਸ ਨਾਨਾ ਹਜ਼ੂਰ ਨੇ ਫਰਮਾਇਆ ਜਿਹੜਾ ਨੌਜਵਾਨ ਦੁਨੀਆ 'ਚ ਕੰਗਣ ਪਾਏਗਾ ਉਹਨੂੰ ਜਿੰਨੇ 'ਚ ਕੰਗਣ ਨਹੀਂ ਪਹਿਨਾ ਲਈ ਜਾਂਦਾ। ਤੇ ਬੱਚੋ ਕੜੇ ਬ੍ਰੈਸਲੈਟ ਇਹ ਕਿੰਨੀਆਂ ਚੀਜ਼ਾਂ ਨੇ, ਕੜੀ ਪਾ ਲਿਆ ਕਰ, ਮੁੰਦਰੀ ਪਾ ਲਿਆ ਕਰ। ਇਸ ਉਮਰ 'ਚ ਕੌਣੀ ਮੁਸਲਿਮ 'ਚ ਲਿਖਿਆ ਜਿਸ ਹਦੀਸ ਦੇ ਅੰਦਰ ਤੂੰ ਕਹਿੰਦਾ ਸੱਜੀ ਉਮਰ 'ਚ ਉਸੇ ਹਦੀਸ ਸਹੀ ਮੁਸਲਿਮ ਦੇ ਅੰਦਰ ਹੈ ਖੱਬੀ 'ਚ ਵੀ, ਹਾਂ ਸਹੀ ਮੁਸਲਿਮ ਦੇ ਅੰਦਰ ਵੈਸੇ ਮੁੰਦਰੀ ਪਾ ਲਿਆ ਕਰ। ਮਗਰ ਇਹ ਜਿਹੜੇ ਬ੍ਰੈਸਲੈਟ ਪਾਉਣਾ ਹੈ ਤੇ ਚੇਨਾ ਪਾਉਣਾ ਹੈ ਇਹ ਤੈਨੂੰ ਸੇਫ ਨਹੀਂ ਕਹਿੰਦਾ, ਇਹਦੇ ਨਬੀ ਨੇ ਚਾਹ ਨਹੀਂ ਦਿੱਤਾ। ਕਿਉਂ? ਮੁਸਤਫਾ ਦਾ ਦੌਰ ਸੁਣਿਆ ਕਾਸ਼ਿਮ ਮਹਿਤਾ